अगर आपने नई और ताजा खबरें देखने के लिए दिव्या पंजाब टीवी को सब्सक्राइब नहीं किया तो कृपया जरूर करें गिदरवाहा ਤੋਂ ਸਾਲ 2012 ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਟਿਕਟ ਤੇ ਵਿਧਾਨ ਸਭਾ ਦੀ ਚੋਣ ਲੜਨ ਵਾਲੇ ਸੰਤ ਸਿੰਘ ਬਰਾੜ ਦੇ ਪੁੱਤਰ ਅਤੇ ਆਮ ਆਦਮੀ ਪਾਰਟੀ ਦੇ ਆਗੂ ਕੁਲਜੀਤ ਸਿੰਘ ਉਰਫ ਮੌਂਟੀ ਬਰਾੜ ਅਤੇ ਮੌਂਟੀ ਬਰਾੜ ਦੀ ਪਤਨੀ ਜਸਕਿੰਦਰ ਕੌਰ ਅਤੇ ਥਾਣਾ ਗਿੱਦੜਵਾਹਾ ਦੀ ਪੁਲਿਸ ਨੇ ਤੋ ਖਾਕੜੀ ਦਾ ਮਾਮਲਾ ਦਰਜ ਕੀਤਾ ਏ। ਪ੍ਰਾਪਤ ਜਾਣਕਾਰੀ ਅਨੁਸਾਰ ਗਿੱਦੜਬਾਹਾ ਦੇ ਦੋ ਕਾਰੋਬਾਰੀ ਘਰਾਣਿਆਂ ਵੱਲੋਂ ਸਾਲ 2016 ਵਿੱਚ ਐਸਐਸਪੀ ਬਠਿੰਡਾ ਪਾਸ ਕੀਤੀ ਗਈ ਸ਼ਿਕਾਇਤ ਦੇ ਆਧਾਰ ਤੇ ਜਾਂਚ ਉਪਰੰਤ ਉਕਤਾਨ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਏ। ਗਿੱਦੜਬਾਹਾ ਦੇ ਸਾਬਕਾ ਪਟਵਾਰੀ ਹਾਕਮ ਸਿੰਘ ਪੁੱਤਰ ਜੋਤੀ ਪ੍ਰਸ਼ਾਦ ਵੱਲੋਂ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਦੱਸਿਆ ਗਿਆ ਏ ਕਿ ਮੋਤੀ ਬਰਾੜ ਦੇ ਪਿਤਾ ਸੰਤ ਸਿੰਘ ਬਰਾੜ ਦੇ ਨਾਲ 2017 ਵਿੱਚ ਆਜ਼ਾਦ ਉਮੀਦਵਾਰ ਦੇ ਤੌਰ ਤੇ ਗਿੱਦੜਵਾਹਾ ਤੋਂ ਵਿਧਾਨ ਸਭਾ ਚੋਣ ਲੜੀ ਸੀ ਅਤੇ ਇਸ ਦੌਰਾਨ ਉਹਨਾਂ ਦੀ ਜਾਣ ਪਛਾਣ ਮੇਰੇ ਅਤੇ ਮੇਰੇ ਪਰਿਵਾਰ ਨਾਲ ਹੋ ਗਈ। ਇਸ ਤੋਂ ਬਾਅਦ 18 ਮਾਰਚ 2015 ਨੂੰ ਮੋਤੀ ਬਰਾਰ ਅਤੇ ਉਸ ਦੀ ਪਤਨੀ ਜਸਕਿੰਦਰ ਕੌਰ ਨੇ ਮੇਰੇ ਪੁੱਤਰ ਕ੍ਰਿਸ਼ਨ ਕੁਮਾਰ ਨੂੰ ਦੱਸਿਆ ਕਿ ਉਹ ਸ਼ਰਾਬ ਦੇ ਠੇਕੇ ਆਦੀ ਲੈਂਦੇ ਨੇ। ਇਸ ਕੰਮ ਵਿੱਚ ਉਹਨਾਂ ਨੂੰ ਮੋਟਾ ਮੁਨਾਫਾ ਹੁੰਦਾ ਏ। ਉਹਨਾਂ ਸਾਨੂੰ ਇਹ ਵੀ ਉਕਤ ਕੰਮ ਵਿੱਚ ਬਤੌਰ ਹਿੱਸੇਦਾਰ ਬਣਨ ਦੀ ਪੇਸ਼ਕਸ਼ ਕੀਤੀ ਤੇ ਅਸੀਂ ਉਕਤ ਮੌਨਟੀ ਬਰਾਡ ਤੇ ਉਸਦੀ ਪਤਨੀ ਜਸਕਿੰਦਰ ਕੌਰ ਦੀਆਂ ਗੱਲਾਂ ਤੇ ਭਰੋਸਾ ਕਰਕੇ ਉਹਨਾਂ ਜਸਕਿੰਦਰ ਕੌਰ ਦੇ ਬੈਂਕ ਖਾਤੇ ਵਿੱਚ 85 ਲੱਖ ਰੁਪਏ ਜਮ੍ਹਾਂ ਕਰਵਾ ਦਿੱਤੇ ਜਦੋਂ ਕਿ 61 ਲੱਖ 86 ਹਜ਼ਾਰ 400 ਰੁਪਏ ਨਗਰ ਸ਼ਰਾਬ ਦੇ ਠੇਕੇ ਸੰਬੰਧੀ ਪਰਚੀਆਂ ਪਾਉਣ ਲਈ ਦਿੱਤੇ ਉੱਥੇ ਹੀ ਦੂਜੇ ਪਾਸੇ ਗਿੱਦੜਵਾਹਾ ਦੇ ਵਪਾਰੀ ਜੀਤ ਕੁਮਾਰ ਨੇ ਵੀ ਉਕਤ ਸ਼ਰਾਬ ਦੇ ਠੇਕਿਆਂ ਵਿੱਚ ਹਿੱਸੇਦਾਰੀ ਪਾਉਣ ਲਈ ਜਸਕਿੰਦਰ ਕੌਰ ਦੇ ਬੈਂਕ ਖਾਤੇ ਵਿੱਚ 95 ਲੱਖ ਰੁਪਏ ਜਮ੍ਹਾਂ ਕਰਵਾ ਦਿੱਤੇ ਅਤੇ 3 ਕਰੋੜ 42 ਲੱਖ ਰੁਪਏ ਨਗਦ ਉਕਤ ਦੋਵਾਂ ਨੂੰ ਦਿੱਤੇ। ਉਹਨਾਂ ਦੱਸਿਆ ਕਿ ਉਕਤਾਨ ਨੇ ਨਾ ਤਾਂ ਉਹਨਾਂ ਦੇ ਨਾਮ ਤੇ ਕੋਈ ਸ਼ਰਾਬ ਠੇਕੇ ਲਾਇੰਸ ਮੰਗਦੀ ਪਰਚੀ ਪਾਈ ਤੇ ਨਾ ਹੀ ਪਰਚੀ ਦਾ ਨਿਕਲਣ ਦੀ ਸੂਰਤ ਨੂੰ ਤੈਅ ਕੀਤੀ ਵਿਆਜ ਦੀ ਰਕਮ ਅਦਾ ਕੀਤੀ। ਉਹਨਾਂ ਵੱਲੋਂ ਵਾਰ-ਵਾਰ ਰੌਲਾ ਪਾਉਣ ਤੇ ਮਾਉਂਟੀ ਬਰਾੜ ਨੇ ਜੀਤ ਕੁਮਾਰ ਨੂੰ 2 ਕਰੋੜ 57 ਲੱਖ ਰੁਪਏ ਵਾਪਸ ਮੋੜ ਦਿੱਤੇ ਜਦਕਿ ਬਕਾਇਆ ਰਕਮ 1 ਕਰੋੜ 80 ਲੱਖ ਰੁਪਏ ਜਲਦੀ ਹੀ ਅਦਾ ਕਰਨ ਦਾ ਵਾਅਦਾ ਕੀਤਾ ਉਹਨਾਂ ਦੱਸਿਆ ਕਿ ਅਗਸਤ 2016 ਵਿੱਚ ਹਾਕਮ ਸਿੰਘ ਅਤੇ ਕ੍ਰਿਸ਼ਨ ਕੁਮਾਰ ਨੂੰ ਮੌਂਟੀ ਬਰਾੜ ਨੇ 1 ਕਰੋੜ 46 ਲੱਖ 86400 ਰੁਪਏ ਦਾ ਚੈੱਕ ਦੇ ਦਿੱਤਾ ਜੋ ਖਾਤੇ ਵਿੱਚ ਪੈਸੇ ਨਾ ਹੋਣ ਕਾਰਨ ਬਾਊਂਸ ਹੋ ਗਿਆ ਉੱਪਰ ਦੱਸੇ ਗਏ ਮਾਮਲੇ ਸੰਬੰਧੀ ਜਦੋਂ ਗਿੱਦੜਪਾਹਾ ਦੇ ਡੀਐਸਪੀ ਰਾਜਪਾਲ ਸਿੰਘ ਹੰਦਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਕਤ ਮਾਮਲੇ ਦੀ ਜਾਂਚ ਵਿੱਚ ਉਹਨਾਂ ਪਾਇਆ ਹੈ ਕਿ ਉਕਤ ਜਸਕਿੰਦਰ ਕੌਰ ਅਤੇ ਕੁਲਜੀਤ ਸਿੰਘ ਉਰਫ ਮੌਂਟੀ ਬਰਾੜ ਨੇ ਜੀਤ ਕੁਮਾਰ ਦੇ 1 ਕਰੋੜ 80 ਲੱਖ ਰੁਪਏ ਜਦਕਿ ਹਾਕਮ ਸਿੰਘ ਦੇ 1 ਕਰੋੜ 46 ਲੱਖ 86400 ਰੁਪਏ ਦੇਣੇ ਨੇ ਉਹਨਾਂ ਦੱਸਿਆ ਕਿ ਗਿੱਦੜਪਾਹਾ ਪੁਲਿਸ ਨੇ ਜਿਹੜਾ ਅਟਾਰਨੀ ਦੀ ਕਾਨੂੰਨੀ رائے ਉਪਰੰਤ ਧਾਰਾ 420 506 ਅਤੇ 120 ਆਈਪੀਸੀ ਅਧੀਨ ਅੋਕਤ ਕੁਲਜੀਤ ਸਿੰਘ ਮਾਉਂਟੀ ਬਰਾੜਾ ਤੇ ਉਸ ਦੀ ਪਤਨੀ ਦੇ ਉੱਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਤੀ ਏ ਸੋਨੀ ਡਲਾ ਬਿਊਰੋ ਚੀਫ ਮੋਕਸਰ ਦੇਵਾ ਪੰਜਾਬ ਟੀਵੀ